ਹੈਲੋ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਜੀ। ਹਾਂਜੀ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ ਜੀ। ਅੱਜ ਅਸੀਂ ਜਾ ਰਹੇ ਹਾਂ ਜੀ ਬਾਬਾ ਵਡਭਾਗ ਸਿੰਘ ਦੇ, ਅਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਚਲੋ ਆਓ ਚੱਲਦੇ ਹਾਂ, ਤੁਹਾਨੂੰ ਵੀ ਦਿਖਾਉਂਦੇ ਹਾਂ, ਦਰਸ਼ਨ ਕਰਾਉਂਦੇ ਹਾਂ। ਆਹ ਦੇਖੋ ਜੀ, ਅਸੀਂ ਜਾ ਰਹੇ ਹਾਂ ਹੁਣ, ਮਕੇਰੀਆਂ ਪਹੁੰਚ ਚੁੱਕੇ ਹਾਂ। ਨਾਲ ਤੁਹਾਨੂੰ ਦੱਸੀ ਜਾਵਾਂਗੇ। ਆਹ ਦੇਖੋ ਜੀ, ਅਸੀਂ ਹੁਣ ਜਾ ਰਹੇ ਹਾਂ ਮੇਰੇ ਪੇਕਿਆਂ ਦੇ ਪਿੰਡ, ਉੱਥੋਂ ਵੀ ਸਾਡੇ ਮੰਮੀ ਪਾਪਾ ਮੇਰੇ ਨਾਲ ਜਾਣਗੇ, ਉਹਨਾਂ ਨੂੰ ਲਵਾਂਗੇ, ਅਤੇ ਫਿਰ ਅਸੀਂ ਜਾਵਾਂਗੇ ਬਾਬਾ ਜੀ ਦੇ ਦਰਬਾਰ। ਆਹ ਦੇਖੋ ਜੀ, ਅਸੀਂ ਇੱਕ ਹੋਟਲ 'ਤੇ ਖੜ੍ਹੇ ਹਾਂ ਹੁਣ, ਅਤੇ ਇੱਥੇ ਅਸੀਂ ਚਾਹ ਪਾਣੀ ਪੀਵਾਂਗੇ, ਰੋਟੀ ਖਾਵਾਂਗੇ, ਫਿਰ ਅੱਗੇ ਅਸੀਂ ਚੱਲਾਂਗੇ ਅਤੇ ਤੁਹਾਨੂੰ ਨਾਲ ਨਾਲ ਅਸੀਂ ਦੱਸਦੇ ਜਾਵਾਂਗੇ। ਆਹ ਦੇਖੋ ਜੀ, ਆਪਣੀ ਗੱਡੀ ਖੜ੍ਹੀ ਹੈ। ਆਹ ਦੇਖੋ ਜੀ, ਲੰਬੀਆਂ ਲੰਬੀਆਂ ਉੱਚੀਆਂ ਉੱਚੀਆਂ ਪਹਾੜੀਆਂ, ਅੱਧੇ ਵੱਡੇ ਪਾਲ ਚੱਲਦੀਆਂ, ਇਹ ਨਹੀਂ ਝਾੜੀਆਂ। ਅਸੀਂ ਹੁਣ ਜੀ ਧੌਲੀ ਧਾਰ ਨੂੰ ਜਾ ਰਹੇ ਹਾਂ, ਰਸਤੇ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਦੇ। ਅਸੀਂ ਹੁਣ ਧੌਲੀ ਧਾਰ ਪਹੁੰਚ ਚੁੱਕੇ ਹਾਂ, ਇਹ ਗੱਡੀਆਂ ਦੀ ਪਾਰਕਿੰਗ ਹੈ, ਇੱਥੇ ਗੱਡੀਆਂ ਖੜ੍ਹੀਆਂ ਕਰਦੇ ਹਾਂ, ਇੱਥੇ ਗੱਡੀ ਖੜ੍ਹੀ ਕਰਕੇ ਫਿਰ ਅਸੀਂ ਹੁਣ ਅੱਗੇ ਜਾਵਾਂਗੇ। ਆਹ ਦੇਖੋ ਜੀ, ਅਸੀਂ ਪਹੁੰਚ ਚੁੱਕੇ ਹਾਂ ਧੌਲੀ ਧਾਰ, ਥੱਲੇ ਜਾ ਰਹੇ ਹਾਂ। ਆਹ ਦੇਖੋ ਜੀ ਰਸਤਾ, ਆਹ ਦੇਖੋ ਜੀ ਬਾਬਾ ਜੀ ਦੇ ਉੱਚੇ ਉੱਚੇ ਪਹਾੜੀਆਂ। ਬਹੁਤ ਵਧੀਆ ਹੈਗਾ ਜੀ ਲੱਗਦਾ ਇਹ ਇਲਾਕਾ। ਸਾਨੂੰ ਦੱਸਦੇ ਹਾਂ ਅੱਗੇ ਅੱਗੇ ਜਾ ਕੇ ਜੀ, ਧੌਲੀ ਧਾਰ ਜੀ ਥੱਲੇ ਜਾ ਰਹੇ ਹਾਂ ਨਹਾਉਣ ਇਸ਼ਨਾਨ ਕਰਨ। ਆਓ ਚੱਲੀਏ ਜੀ। ਬਾਬਾ ਜੀ ਸਾਰੇ ਦੂਰ ਕਰਨ, ਮੇਰਾ ਪਿਆਰ ਵੱਟ ਰੱਖਣ, ਕਰ ਲਓ ਦਰਸ਼ਨ ਜੀ ਧੌਲੀ ਧਾਰ ਜੀ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਮੱਥਾ ਟੇਕਣ ਆਉਂਦੀਆਂ ਨੇ। ਇਹ ਹਵਨ ਕੁੰਡ ਹੈ ਜੀ, ਇੱਥੇ ਲੋਕ ਹਵਨ ਕਰਵਾਉਂਦੇ ਨੇ। ਕਿਸੇ ਸੈਂਟਰ ਤੋਂ ਵਾਸਤੇ ਨਹੀਂ, ਆਪਣਾ ਪੇਂਡੂ ਕੱਪੜਾ ਰਵਾਈ ਵਗੈਰਾ
जा सकते हैं। ये गाड़ी दूरी बना के रखना सरकार के देखने का काम होता है, जरूरत होगी सब सुनते हैं, अपने मास्क जरूर लगा के जाना है। इत्थे बाबा जी का धूना, आ देखो जी हाँ देखो जी दोनों भैन पत्थर की कोठी बना रही हैं। जिहड़ा भी बंदा इत्थे कोठी बना के अपनी अरदास करता है ਉਹਦੀ ਕੋਠੀ ਪੂਰੀ ਹੁੰਦੀ ਹੈ ਅਤੇ ਉਹ ਬਾਬਾ ਜੀ ਦੇ ਆ ਕੇ ਇੱਥੇ ਮੱਥਾ ਟੇਕਦਾ ਜੀ। ਹਾਂ ਦੇਖੋ ਜੀ ਅਸੀਂ ਹੁਣ ਧੋਲੀ ਧਰ ਥੱਲੇ ਇਸ਼ਨਾਨ ਕਰ ਲਿਆ ਹੈ ਅਤੇ ਹੁਣ ਅਸੀਂ ਦੂਜੇ ਗੁਰਦੁਆਰੇ ਸਾਹਿਬ ਜਾ ਰਹੇ ਹਾਂ ਅਤੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਜੀ ਦੇਖਣ ਵਾਲੀ, ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਦਰਸ਼ਨ ਕਰਨ ਇਸ਼ਨਾਨ ਕਰਨ ਧੋਲੀ ਧਰ ਥੱਲੇ। ਅਤੇ ਹੁਣ ਅਸੀਂ ਦੂਜੇ ਗੁਰਦੁਆਰੇ ਜਾਵਾਂਗੇ, ਉੱਥੇ ਜਾ ਕੇ ਤੁਹਾਨੂੰ ਸਾਰਾ ਦੱਸਾਂਗੇ। ਤੁਸੀਂ ਦੇਖਿਓ ਬਾਬਾ ਜੀ ਦਾ ਦਰਬਾਰਾ, ਬਾਬਾ ਜੀ ਸਭ ਦੇ ਦੁੱਖ ਦੂਰ ਕਰਦੇ ਨੇ ਜੀ। ਇੱਥੇ ਦੇਖੋ ਜੀ ਇੱਥੇ ਬਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ, ਜੋ ਵੀ ਗੁਰਦੁਆਰਾ ਸਾਹਿਬ ਦਾ ਉਹਦੇ ਬਾਰੇ ਦੱਸਿਆ ਗਿਆ ਹੈ। ਹਾਂਜੀ ਆਹ ਦੇਖੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੇਰੀ ਸਾਹਿਬ, ਤੁਹਾਨੂੰ ਅੰਦਰ ਜਾ ਕੇ ਸਾਰਾ ਦੱਸਾਂਗੇ, ਦਰਸ਼ਨ ਕਰਾਵਾਂਗੇ। ਬਾਬਾ ਜੀ ਦੀ ਬੇਰੀ ਹੈ ਜੀ ਜਿੱਥੇ ਸੰਗਤਾਂ ਬੈਠੀਆਂ ਨੇ, ਇੱਥੇ ਸਾਰਿਆਂ ਦੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ ਜੀ। ਜਦੋਂ ਬਾਬਾ ਜੀ ਪਹਿਲੀ ਵਾਰ ਇੱਥੇ ਆਏ ਤਾਂ ਉਹ ਬੇਰੀ ਥੱਲੇ ਬੈਠੇ ਸੀ, ਇੱਥੇ ਉਹਨਾਂ ਨੇ ਪੂਜਾ ਕੀਤੀ ਭਗਤੀ ਕੀਤੀ। ਇਹ ਬਾਬਾ ਨਾਰ ਸਿੰਘ ਜੀ ਦੀ ਮੂਰਤੀ ਹੈ ਜੀ। ਸੁਖ ਸ਼ਾਂਤੀ ਕਿਰਪਾ ਕਰਨੇ ਸਤਿਗੁਰੂ ਦੇ ਰੋਗਤਾ ਬਖਸ਼ਣੀ। ਹਾਂ ਦੇਖੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮੰਜੀ ਸਾਹਿਬ ਬਾਬਾ ਬਡਭਾਗ ਸਿੰਘ ਜੀ।
ये तुम देख सकते जी, ये बाबा जी का तप स्थान है जी, बाबा बड़वाल सिंह जी का। ये दुकाना है जी, बाहर तुम देख सकते हो समान, जो किसी ने कोई समान लेना हो। जी सारे मेरे वालों, हाँ जी, ये गुरद्वारा बाबा बड़भाग सिंह जी का है जी, तो इतने बाबा बड़भाग सिंह जी ने तपस्या की ही, तो बाबा नाथ सिंह भी इन्होंने ही वरदान दिता सी, इतने धौली धार थले नहा के सारिया के दुख दर्द कष्ट दूर होंगे। तो ये हिमाचल प्रदेश के मेढ़ी शहर के पैंदा है,
ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਜਾਣਾ ਚਾਹੀਦਾ ਹੈ, ਦਰਸ਼ਨ ਕਰਨੇ ਚਾਹੀਦੇ ਹਨ ਅਤੇ ਧੋਲੀ ਦੇ ਹੱਥ ਲੈ ਨਾ ਕੇ ਆਪਣੇ ਦੁੱਖ ਦਰਦ ਕਸ਼ਟ ਦੂਰ ਕਰਨੇ ਚਾਹੀਦੇ ਹਨ ਅਤੇ ਇੱਥੇ ਸਾਰੀਆਂ ਹੀ ਮਨੋਕਾਮਨਾ ਪੂਰਨ ਹੁੰਦੀਆਂ ਹਨ। ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਲੱਗੀ ਸਾਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।